ਨੌਜਵਾਨ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਸ਼ੁਭਦੀਪ ਸਿੰਘ ਉਰਫ ਸਿੱਧੂ ਮੂਸੇਵਾਲਾ ਇਸ ਦੁਨੀਆ ਤੋਂ ਆਖਰੀ ਵਿਦਾਈ ਲੈ ਚੁੱਕਿਆ ਅੱਜ ਸਿੱਧੂ ਮੂਸੇਵਾਲੇ ਦੇ ਅੰਤਿਮ ਸੰਸਕਾਰ ਦਾ ਦਿਨ ਸੀ ਇਸ ਮੌਕੇ ਜੋ ਲੋਕਾਂ ਦਾ ਇਕੱਠ ਉਮੜਿਆ ਹੈ ਉਸ ਨੇ ਫਰਵਰੀ ਦਾ ਦਿਨ ਯਾਦ ਕਰਵਾ ਦਿੱਤਾ ਜਦੋਂ ਦੀਪ ਸਿੱਧੂ ਦਾ ਅੰਤਿਮ ਸੰਸਕਾਰ ਹੋਇਆ ਸੀ ਦੀਪ ਸਿੱਧੂ ਦੀ ਵੀ ਇੱਕ ਵੱਡੇ ਸੜਕ ਹਾਦਸੇ ਦੇ ਵਿੱਚ ਮੌਤ ਹੋਈ ਸੀ ਹਾਲਾਂਕਿ ਉਸ ਸੜਕ ਹਾਦਸੇ ਤੇ ਕਾਫੀ ਸਵਾਲ ਵੀ ਚੁੱਕੇ ਜਾਂਦੇ ਰਹੇ ਹਰ ਅੱਜ ਉਹੀ ਜਿਹੀ ਇਕੱਠ ਦੇਖਣ ਨੂੰ ਮਿਲਿਆ ਹੈ ਸਿੱਧੂ ਮੂਸੇਵਾਲਾ ਵੀ ਇਸ ਦੁਨੀਆ ਤੋਂ ਚਲਾ ਗਿਆ ਹੈ ਜਾਂ ਫਿਰ ਭੇਜ ਦਿੱਤਾ ਗਿਆ ਹੈ ਜ਼ਾਹਿਰ ਤੌਰ ਤੇ ਕਤਲ ਹੋਇਆ ਉਸ ਦਾ ਮੌਤੀ ਬੇਰਹਿਮ ਤਰੀਕੇ ਦੇ ਨਾਲ ਕਤਲ ਹੋਇਆ ਬਹੁਤ ਹੀ ਭਿਆਨਕ ਕਤਲ ਹੋਇਆ ਜਿਸ ਨੂੰ ਦੇਖ ਕੇ ਜਿਸ ਨੂੰ ਸੁਣ ਕੇ ਹਰ ਪੰਜਾਬੀ ਮਾਂ ਪਿਓ ਦੀ ਰੂਹ ਕੰਬ ਗਈ ਹੈ ਹਰ ਕਿਸੇ ਨੂੰ ਆਪਣੇ ਬੱਚਿਆਂ ਦੀ ਚਿੰਤਾ ਵੱਡ ਵੱਡ ਕੇ ਸਤਾਉਣ ਲੱਗੀ ਹੈ ਕਿ ਗੈਂਗਸਟਰ ਤਾਂ ਕੁਝ ਵੀ ਕਰ ਸਕਦੇ ਨੇ ਕਿਸੇ ਦਾ ਵੀ ਕਤਲ ਕਰਕੇ ਉਸ ਨੂੰ ਮਿੰਟ ਦੇ ਵਿੱਚ ਮਿੱਟੀ ਬਣਾ ਸਕਦੇ ਨੇ ਕੀ ਕਰੋਗੇ ਤੁਸੀਂ ਕਿੱਥੇ ਜਾ ਕੇ ਸੇਫ ਰਹੋਗੇ ਇੱਥੇ ਇਨਸਾਨ ਦੀ ਜ਼ਿੰਦਗੀ ਹੈ ਜਿਹੜੀ ਉਸ ਦੀ ਕੀਮਤ ਇੱਕ ਪੈਸੇ ਦੀ ਵੀ ਨਹੀਂ ਹੈ ਬਾਰਲੇ ਮੁਲਕਾਂ ਦੇ ਵਿੱਚ ਆਪਾਂ ਦੇਖ ਲਈਏ ਕਿ ਜਾਨ ਦੀ ਕੀਮਤ ਸਭ ਤੋਂ ਅਹਿਮ ਮੰਨੀ ਜਾਂਦੀ ਹੈ ਸਭ ਤੋਂ ਵੱਡੀ ਮਹੱਤਤਾ ਇੱਥੇ ਜਾਨ ਦੀ ਹੀ ਮੰਨੀ ਜਾਂਦੀ ਹੈ ਜੇ ਮਾੜੀ ਜੀ ਤੁਹਾਨੂੰ ਸਰੀਰਕ ਸਮੱਸਿਆ ਆ ਜੇ ਤਾਂ ਉਸੇ ਵੇਲੇ ਉਸ ਨੂੰ ਮੈਡੀਕਲ ਲੀਵ ਤੇ ਖੁਦ ਭੇਜਿਆ ਜਾਂਦਾ ਹੈ ਕੰਪਨੀਆਂ ਦੇ ਵੱਲੋਂ ਇੱਥੇ ਤਾਂ ਬੰਦਾ ਚਾਹੇ ਡੈਥ ਬੈੱਡ ਤੇ ਹੋਵੇ ਫਿਰ ਵੀ ਉਹਨੂੰ ਕਹਿਣਗੇ ਕਿ ਆ ਕੇ ਆ ਥੋੜਾ ਜਿਹਾ ਕੰਮ ਕਰ ਲੈ ਕਰਜਾ ਤੇ ਫਿਰ ਤੂੰ ਚਲਾ ਜਾਵੇਂ ਸੋ ਇੱਥੇ ਇਨਸਾਨ ਦੀ ਜ਼ਿੰਦਗੀ ਦੀ ਕੋਈ ਕੀਮਤ ਨਹੀਂ ਹੈ ਰਾਹ ਜਾਂਦੇ ਬੰਦੇ ਨੂੰ ਮਾਰ ਦਿੱਤਾ ਜਾਂਦਾ ਹੈ ਕਿਤੇ ਮਰਜੀ ਘੇਰ ਕੇ ਮਾਰਦੇ ਹੋ ਕਿਉਂਕਿ ਐਡਾ ਤਮ ਤਾਂ ਤਗੜਾ ਹੈ ਨਹੀਂ ਕਿ ਸੀਸੀਟੀਵੀ ਹਰ ਥਾਂ ਤੇ ਲੱਗੇ ਹੁਣ ਪੁਲਿਸ ਹਰ ਥਾਂ ਤੇ ਖੜੀ ਹੋਵੇ ਇਹੋ ਜਿਹਾ ਕੋਈ ਪ੍ਰਬੰਧ ਨਹੀਂ ਹੈ ਖੈਰ ਸਿੱਧੂ ਮੂਸੇਵਾਲੇ ਦਾ ਕਤਲ ਹੋ ਚੁੱਕਿਆ ਹੈ ਹਲੇ 30 ਸਾਲ ਦੀ ਉਮਰ ਦਾ ਹੋਣਾ ਸੀ ਸਿੱਧੂ ਮੂਸੇਵਾਲੇ ਨੇ ਤੇ ਇਸ ਦੁੱਖ ਨੂੰ ਸਹਿਣਾ ਮਾਪਿਆਂ ਦੇ ਲਈ ਬੜਾ ਹੀ ਅਸਹਿ ਹੈ ਉਹਨਾਂ ਨੇ ਅਗਲੀ ਜ਼ਿੰਦਗੀ ਕਿਵੇਂ ਜਿਉਣੀ ਹੈ ਇਹ ਜਾਂ ਉਹ ਜਾਣਦੇ ਨੇ ਜਾਂ ਫਿਰ ਰੱਬ ਜਾਣਦਾ ਹੈ ਸੇ ਦੋ ਮੁਸੇ ਵਾਲੇ ਦੇ ਅੰਤਿਮ ਸੰਸਕਾਰ ਤੋਂ ਪਹਿਲਾਂ ਅੱਜ ਜਦੋਂ ਵੱਡੀ ਗਿਣਤੀ ਦੇ ਵਿੱਚ ਲੋਕ ਉੱਥੇ ਇਕੱਠੇ ਹੋਏ ਸੀ ਘਰ ਦੇ ਬਾਹਰ ਤਾਂ ਉਹਨਾਂ ਨੇ ਫੇਰ ਪੰਜਾਬ ਸਰਕਾਰ ਦੇ ਖਿਲਾਫ ਜੰਮ ਕੇ ਪੜਾਅ ਕੱਢੀ ਬੜੀ ਅਜੀਬ ਗੱਲ ਹੈ ਨਾ ਕਿ ਦੋ ਤਿੰਨ ਦਿਨ ਪਹਿਲਾਂ ਜਿਹੜੀ ਸਰਕਾਰ ਦੀ ਜੈ ਜੈਕਾਰ ਹੋ ਰਹੀ ਸੀ ਵਾਹ ਵਾਹ ਹੋ ਰਹੀ ਸੀ ਕਿ ਕਿਆ ਕਮਾਲ ਦਾ ਫੈਸਲਾ ਲਿਆ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਪਣੇ ਹੀ ਮੰਤਰੀ ਨੂੰ ਭ੍ਰਿਸ਼ਟਾਚਾਰ ਦੇ ਦੋਸ਼ ਵਿੱਚ ਗੱਦੀ ਤੋਂ ਵੀ ਲਾਹ ਦਿੱਤਾ ਜੇਲ੍ਹ ਵੀ ਭਜਵਾ ਦਿੱਤਾ ਅਜੇ ਹਾਂ ਫੈਸਲਾ ਕੋਈ ਲੈ ਸਕਦਾ ਹੈ ਮੁੱਖ ਮੰਤਰੀ ਇੱਕ ਇਤਿਹਾਸ ਰਚਿਆ ਮੁੱਖ ਮੰਤਰੀ ਨੇ ਪਰ ਇਸ ਘਟਨਾ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਬੈਕਫੁੱਟ ਤੇ ਲਿਆ ਦਿੱਤਾ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪਹਿਲੀ ਵਾਰੀ ਲੋਕਾਂ ਦੇ ਦਿਲਾਂ ਚੋਂ ਉੱਤਰਦੇ ਨਜ਼ਰ ਆ ਰਹੇ ਨੇ ਪਹਿਲੀ ਵਾਰੀ ਲੋਕ ਭਗਵੰਤ ਮਾਨ ਮੁਰਦਾਬਾਦ ਦੇ ਨਾਰੇ ਲਾ ਰਹੇ ਨੇ ਸਿੱਧੂ ਮੂਸੇਵਾਲੇ ਦੇ ਘਰ ਦੇ ਬਾਹਰ ਦੀਆਂ ਇਹ ਤਸਵੀਰਾਂ ਨੇ ਨੌਜਵਾਨ ਕੀ ਕਹਿ ਰਹੇ ਨੇ ਕੀ ਮੰਗ ਕਰ ਰਹੇ ਨੇ ਇਹ ਜ਼ਰੂਰ ਸੁਣਨਾ ਹੀ ਪਊਗਾ ਕਿਉਂਕਿ ਇਹ ਵਾਪਰ ਰਿਹਾ ਹੈ ਪਾਸਾ ਪਲਟਦਾ ਦਿਖਾਈ ਦੇ ਰਿਹਾ ਹੈ ਪੁਲਿਸ ਨੇ ਟਪਾਈ ਨਹੀਂ ਸਿੱਧੇ ਮੱਥੇ ਸਰਕਾਰਾਂ ਦਾ ਹੱਥ ਹੈਗਾ ਮਰਵਾਇਆ ਉਹ ਮਰਿਆ ਨਹੀਂ ਸਰਕਾਰ ਦੀ ਮਿਲਿਪੋਤ ਆ ਗਈ ਸਰਕਾਰ ਤੇ ਪੁਲਿਸ ਦੀ ਨਹੀਂ ਮਰਦਾ ਨਹੀਂ ਸੀ ਅੱਜ ਬਾਈ ਸਿੱਧੂ ਮੂਸੇਵਾਲਾ ਸਰਕਾਰਾਂ ਨੇ ਮਰਵਾਇਆ ਇਹ ਭਗਵਾਨ ਤੁਮਾਨ ਨੇ ਮਰਵਾਇਆ ਹੈ ਸ਼ਰਿਆ ਬਦਲਾ ਦਾ ਭਗਵਾਨ ਤੁਮਾਨ ਨੇ ਮਰਵਾਇਆ 24 ਘੰਟੇ ਹੋਏ ਨਹੀਂ ਸਿਕਿਉਰਿਟੀ ਕੋਈ ਨੂੰ 24 ਘੰਟੇ ਦੇ ਅੰਦਰ ਅੰਦਰ ਮਰਡਰ ਕਰਵਾਤਾ ਉਹਦਾ ਮੁਜ਼ਾਬਤ ਮੁਜ਼ਾਬਤ ਸਾਡਾ ਜੀ ਤੁਸੀਂ ਜਾਨਪੁਰ ਸਾਹਿਬ ਮੁਜ਼ਾਬਤ ਮੁਜ਼ਾਬਤ ਕੁੱਤੀ ਜਾਨਪੁਰ ਮੁਜ਼ਾਬਤ ਮੁਜ਼ਾਬਤ ਤੋ ਸੁਣਿਆ ਅਸੀਂ ਵੀ ਤੁਸੀਂ ਵੀ ਲੋਕ ਉਦਾਸ ਤਾਂ ਹਨ ਹੀ ਕਿਉਂਕਿ ਵੱਡਾ ਕਤਲ ਹੋਇਆ ਹੈ ਪਰ ਪੰਜਾਬ ਸਰਕਾਰ ਤੋਂ ਖਫਾ ਵੀ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਖਾਸੀ ਨਰਾਜ਼ਗੀ ਹੈ ਪੰਜਾਬ ਸਰਕਾਰ ਤੋਂ ਨਿਰਾਸ਼ ਵੀ ਨੇ ਕਿਉਂਕਿ ਹਾਦੀ ਹੋਈ ਪਈ ਹੈ ਅਜੇ ਹੀ ਔਖੀ ਘੜੀ ਦੇ ਵਿੱਚ ਸੂਬੇ ਦਾ ਸਭ ਤੋਂ ਮੋਢੀ ਬੰਦਾ ਲੋਕਾਂ ਦੀ ਬਾਹਾਂ ਫੜੇ ਮੋਢੇ ਤੇ ਹੱਥ ਨਾਲ ਧਰੇ ਤਾਂ ਫਿਰ ਲੋਕ ਕਹਿੰਦੇ ਨੇ ਕੀ ਗੱਡਾ ਖੜਿਆ ਸਾਡਾ ਅਜਹੀ ਸਰਕਾਰ ਬਿਨਾ ਪਹਿਲਾਂ ਵੀ ਅਜਹੀਆਂ ਸੀ ਹੁਣ ਵੀ ਅਜਹੀ ਸਰਕਾਰਾਂ ਬਦਲਾ ਕਾਦਾ ਆ ਗਿਆ ਇਹ ਲੋਕ ਸਵਾਲ ਚੁੱਕ ਰਹੇ ਨੇ ਸੂਬੇ ਦੇ ਮੁਖੀ ਵੱਜੋਂ ਮੂਸੇ ਵਾਲੇ ਦੇ ਮਾਪੇ ਕੋਲ ਜਾ ਕੇ ਖੜਨਾ ਤਾਂ ਇੱਕ ਵਾਸੇ ਰਹਾ ਮੁੱਖ ਮੰਤਰੀ ਤੇ ਉਹਦੇ ਜ਼ਿਆਦਾਤਰ ਸਾਥੀਆਂ ਤੋਂ ਤਾਂ ਅਫਸੋਸ ਜਾਂ ਹਮਦਰਦੀ ਤੇ ਲਈ ਦੋ ਸ਼ਬਦ ਵੀ ਨਹੀਂ ਸਰ ਰਹੇ ਹਾਲਾਂਕਿ ਸਾਰੇ ਮੁੱਖ ਮੰਤਰੀ ਸਮੇਤ ਸਭ ਨੇ ਟਵੀਟ ਕੀਤੇ ਨੇ ਪਰ ਕੋਈ ਆ ਕੇ ਨਹੀਂ ਖੜਿਆ ਕਾਂਗਰਸ ਦੇ ਲੀਡਰਾਂ ਨੇ ਤਾਂ ਜਾਣਾ ਹੀ ਜਾਣਾ ਸੀ ਕਿਉਂਕਿ ਵਿਰੋਧੀ ਧਿਰ ਦੇ ਵਿੱਚ ਨੇ ਤੇ ਸਿੱਧੂ ਮੂਸੇਵਾਲਾ ਵੀ ਕਾਂਗਰਸ ਦਾ ਹੀ ਲੀਡਰ ਸੀ ਉਮੀਦਵਾਰੀ ਉਮੀਦਵਾਰ ਸੀ ਮਾਨਸਾ ਤੋਂ ਚੋਣ ਲੜੀ ਸੀ ਭਾਵੇਂ ਜਿਹੜਾ ਵੱਡੀਆਂ ਵੱਡੀਆਂ ਗਿਣਤੀ ਦੇ ਵਿੱਚ ਵੋਟਾਂ ਲਈਆਂ ਪਰ ਹਾਰ ਗਿਆ ਸੀ ਸੋ ਕਾਂਗਰਸੀਆਂ ਨੇ ਤਾਂ ਜਾਣਾ ਹੀ ਜਾਣਾ ਸੀ ਲੀਡਰਸ਼ਿਪ ਨੇ ਜਾਣਾ ਹੀ ਜਾਣਾ ਸੀ ਪਰ ਬਾਕੀ ਜਿਹੜੀਆਂ ਦੋਵੇਂ ਪਾਰਟੀਆਂ ਨੇ ਉਹਨਾਂ ਵੱਲੋਂ ਕੋਈ ਨਹੀਂ ਗਿਆ ਸ਼ਾਇਦ ਇੰਨੇ ਵੱਡੇ ਇਕੱਠ ਤੋਂ ਥੋੜਾ ਘਬਰਾ ਵੀ ਗਏ ਹੋਣਗੇ ਪਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇੱਕ ਵੀਡੀਓ ਤੱਕ ਵੀ ਨਹੀਂ ਪਾਈ ਲੋਕਾਂ ਦੇ ਨਾਲ ਇੱਕ ਗੱਲ ਤੱਕ ਨਹੀਂ ਕੀਤੀ ਕਿਉਂਕਿ ਬਹੁਤ ਜ਼ਰੂਰੀ ਹੁੰਦਾ ਹੈ ਜਦੋਂ ਸੂਬੇ ਦੇ ਵਿੱਚ ਇੰਨੀ ਵੱਡੀ ਘਟਨਾ ਵਾਪਰ ਜੇ ਤੇ ਜਿਹੜਾ ਸੂਬੇ ਦਾ ਰਾਜਾ ਹੁੰਦਾ ਹੈ ਕਿਉਂਕਿ ਸੀਐਮ ਰਾਜਾ ਹੀ ਤਾਂ ਹੁੰਦਾ ਸਭ ਤੋਂ ਵੱਡਾ ਅਹੁਦਾ ਜਿਹਦੇ ਕੋਲੇ ਹੁੰਦਾ ਤੇ ਜਿਹੜਾ ਸੂਬੇ ਦਾ ਰਾਜਾ ਹੁੰਦਾ ਉਹ ਲੋਕਾਂ ਨੂੰ ਸੰਬੋਧਨ ਨਾ ਕਰੇ ਉਹਨਾਂ ਨੂੰ ਤਰਵਾਸਾ ਨਾ ਦੇਵੇ ਦਲਾਸਾ ਨਾ ਦੇਵੇ ਭਰੋਸਾ ਨਾ ਦੇਵੇ ਕਿ ਇਨਸਾਫ ਹੋਊਗਾ ਤਾਂ ਲੋਕ ਤਾਂ ਜ਼ਰੂਰ ਹੀ ਭੜਕਣਗੇ ਕਿਉਂਕਿ ਲੋਕਾਂ ਦੀ ਆਸ ਹੀ ਇੰਨੀ ਹੁੰਦੀ ਹੈ ਲੋਕਾਂ ਦੀ ਐਕਸਪੈਕਟੇਸ਼ਨਸ ਹੀ ਇੰਨੀਆਂ ਨੇ ਭਗਵੰਤ ਸਿੰਘ ਮਾਨ ਤੋਂ ਪਰ ਬੜੀ ਹੈਰਾਨੀ ਦੀ ਗੱਲ ਹੈ ਕਿ ਸਰਕਾਰ ਸੁਣਨ ਕਿਉਂ ਹੋਈ ਪਈ ਹੈ ਸਰਕਾਰ ਖਾਮੋਸ਼ ਬੈਠੀ ਹੈ ਪੁਲਿਸ ਵੀ ਕੋਈ ਉਸ ਤਰੀਕੇ ਦੇ ਨਾਲ ਕੋਈ ਵੱਡੀ ਕਾਰਵਾਈ ਨਹੀਂ ਕਰ ਰਹੀ ਹਾਲਾਂਕਿ ਗੱਡੀਆਂ ਜਿਹੜੀਆਂ ਯੂਜ਼ ਕੀਤੀਆਂ ਸੀ ਉਹ ਵੀ ਬਰਾਮਦ ਹੋ ਗਈਆਂ ਨੇ ਪਰ ਉਹ ਵੱਡੇ ਹਥਿਆਰ ਕਿੱਥੇ ਨੇ ਜਿਨ੍ਹਾਂ ਦੇ ਨਾਲ ਸਿੱਧੂ ਮੂਸੇਵਾਲੇ ਨੂੰ ਮਾਰ ਦਿੱਤਾ ਗਿਆ ਉਹ ਬੰਦੇ ਕਿੱਥੇ ਨੇ ਜਿਹੜੇ ਸੀਸੀਟੀਵੀ ਵਿੱਚ ਤਾਂ ਦਿਖ ਰਹੇ ਨੇ ਸ਼ੱਕੀ ਤੁਸੀਂ ਕਹਿ ਰਹੇ ਹੋ ਪਰ ਉਹਨਾਂ ਤੱਕ ਹੱਥ ਕਿਉਂ ਨਹੀਂ ਪਹੁੰਚ ਰਹੇ ਇਹ ਸਾਰਾ ਕੁਝ ਹੁੰਦਾ ਤਾਂ ਹੁੰਦਾ ਤਾਂ ਛਤਰੀਆਂ ਥੱਲੇ ਹੀ ਹੈ ਨਾ ਕਿਸੇ ਦੀਆਂ ਛਾਵਾਂ ਥੱਲੇ ਹੀ ਗੈਂਗਸਟਰ ਪੜਦੇ ਨੇ ਕਿਸੇ ਦੀਆਂ ਛਾਵਾਂ ਥੱਲੇ ਹੀ ਨਸ਼ਾ ਤਸਕਰ ਵੀ ਪੜਦੇ ਨੇ ਤੇ ਉਹਨਾਂ ਦੀ ਸ਼ਹਿਤ ਤੋਂ ਬਿਨਾਂ ਜਦੋਂ ਕੁਝ ਹੁੰਦਾ ਨਹੀਂ ਹੋ ਹੀ ਨਹੀਂ ਸਕਦਾ ਤਾਂ ਫਿਰ ਇਨਸਾਫ ਵੀ ਤਾਂ ਹੋ ਸਕਦਾ ਨਾ ਜੇ ਉਹ ਚਾਹਣ ਤਾਂ ਇਨਸਾਫ ਵੀ ਹੋ ਸਕਦਾ ਹੈ ਹਾਲਾਂਕਿ ਇਹ ਗੱਲ ਨਹੀਂ ਆਪਾਂ ਕਹਿ ਸਕਦੇ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਾਰਾ ਕੰਮ ਕਰਵਾਇਆ ਜਿਵੇਂ ਉੱਪਰ ਲੋਕ ਕਹਿ ਰਹੇ ਸੀ ਪਾਰੇ ਲੋਕਾਂ ਦੇ ਜਜ਼ਬਾਤ ਨਿਕਲ ਰਹੇ ਨੇ ਗੁੱਸਾ ਨਿਕਲ ਰਿਹਾ ਹੈ ਅਜਿਹੇ ਮੌਕੇ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਮੂਰੇ ਆਉਣਾ ਚਾਹੀਦਾ ਸੀ ਜੇ ਉਹ ਪਰਿਵਾਰ ਦੇ ਕੋਲ ਨਹੀਂ ਜਾ ਸਕਦੇ ਸੀ ਕਿਉਂ ਨਹੀਂ ਜਾ ਸਕਦੇ ਸੀ ਕੋਈ ਸਿਆਸੀ ਮਜਬੂਰੀ ਸੀ ਜਾਂ ਕੁਝ ਹੋਰ ਪਰ ਉਹ ਲੋਕਾਂ ਨੂੰ ਸੰਬੋਧਨ ਤਾਂ ਕਰ ਸਕਦੇ ਸੀ ਅਜਿਹੇ ਨਾਜ਼ੁਕ ਮੌਕਿਆਂ ਦੇ ਉੱਤੇ ਪੰਜਾਬ ਵਾਸੀਆਂ ਨੂੰ ਜਾਨ ਮਾਲ ਦੀ ਰਾਖੀ ਦਾ ਤਰਵਾਸ ਦੇਣ ਦਾ ਜ਼ਿੰਮਾ ਸੂਬੇ ਦੇ ਮੁੱਖ ਮੰਤਰੀ ਦਾ ਹਰ ਹਾਲ ਦੇ ਵਿੱਚ ਬਣਦਾ ਹੀ ਬਣਦਾ ਹੈ ਪਰਾਤਵਾਦੀ ਘਟਨਾ ਤੋਂ ਬਾਅਦ ਇਹ ਮਹਿਸੂਸ ਕੀਤਾ ਜਾਣ ਲੱਗਾ ਹੈ ਲੋਕਾਂ ਨੂੰ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਰਹਿਣਾ ਜਿਵੇਂ ਬਹੁਤ ਹੀ ਖਤਰੇ ਵਾਲਾ ਕੰਮ ਹੋ ਗਿਆ ਹੈ ਇਹ ਪੰਜਾਬ ਦੇ ਵਿੱਚ ਲੋਕ ਨੇ ਜਿਹੜੇ ਉਹ ਲਵਾਰਿਸ ਮਹਿਸੂਸ ਕਰ ਰਹੇ ਨੇ ਕਿਉਂਕਿ ਉਹਨਾਂ ਦੀ ਕੋਈ ਬਾਹ ਨਹੀਂ ਫੜ ਰਿਹਾ ਕਿਸੇ ਨੇ ਆ ਕੇ ਮੂਰੇ ਨਹੀਂ ਅਜਿਹਾ ਬਿਆਨ ਦਿੱਤਾ ਜਿਹਦੇ ਨਾਲ ਲੋਕਾਂ ਨੂੰ ਲੱਗੇ ਕਿ ਹਾਂ ਸਾਡਾ ਕੋਈ ਹੈਗਾ ਹੈ ਕਹਿਣ ਦੇ ਵਿੱਚ ਕੋਈ ਗੁਰੇਜ਼ ਨਹੀਂ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਸਿੱਧੂ ਮੂਸੇਵਾਲੇ ਦੇ ਕਤਲ ਤੋਂ ਬਾਅਦ ਵੱਡੇ ਕਤਲ ਤੋਂ ਬਾਅਦ ਬੈਕਫੁੱਟ ਤੇ ਆ ਗਈ ਹੈ ਸਰਕਾਰ ਖਾਮੋਸ਼ ਹੋ ਗਈ ਹੈ ਸਰਕਾਰ ਸੁੰਨ ਹੋ ਗਈ ਹੈ ਸਿੱਧੂ ਮੁਸੇਵਾਲੇ ਦੀ ਸੁਰੱਖਿਆ ਘਟਕਰਨ ਦੇ ਮੁੱਦੇ ਤੇ ਵਿਰੋਧੀ ਧਿਰ ਸਰਕਾਰ ਨੂੰ ਤਿੱਖੇ ਰੂਪ ਨਾਲ ਘੇਰ ਰਹੀ ਹੈ ਭਗਵੰਤ ਮਾਨ ਦੀ ਸਰਕਾਰ ਵਿਰੋਧੀਆਂ ਦੇ ਨਿਸ਼ਾਨੇ ਤੇ ਆ ਗਈ ਹੈ ਤਣਾਅ ਦੇ ਡਰੋਂ ਭਗਵੰਤ ਮਾਨ ਨੇ ਬਜਟ ਸੈਸ਼ਨ ਸੰਬੰਧੀ ਹੋਣ ਵਾਲੀ ਕੈਬਨਟ ਬੈਠਕ ਵੀ ਰੱਦ ਕਰ ਦਿੱਤੀ ਹੈ ਤੇ ਫਿਲਹਾਲ ਵਿਧਾਨ ਸਭਾ ਦੇ ਜਿਹੜੇ ਹੋਣ ਵਾਲੇ ਵਿਧਾਨ ਸਭਾ ਦੇ ਜਿਹੜੇ ਵਿਧਾਇਕ ਨੇ ਉਹਨਾਂ ਦਾ ਹੋਣ ਵਾਲਾ ਟ੍ਰੇਨਿੰਗ ਸੈਸ਼ਨ ਸੀ ਉਸ ਨੂੰ ਵੀ ਫਿਲਹਾਲ ਮੁਲਤਵੀ ਕਰ ਦਿੱਤਾ ਗਿਆ ਹੈ ਕਿਉਂਕਿ ਇੱਕ ਵੱਡੀ ਘਟਨਾ ਵਾਪਰੀ ਹੈ ਸ਼ੁਭਦੀਪ ਸਿੰਘ ਉਰਫ ਸਿੱਧੂ ਮੂਸਵਲੇ ਦੇ ਕਤਲ ਦੇ ਨਾਲ ਪੂਰਾ ਪੰਜਾਬ ਦਹਿਲਿਆ ਹੈ ਪੂਰੇ ਪੰਜਾਬੀ ਜਿੱਥੇ ਵੀ ਕਿਤੇ ਵਸਦੇ ਹੁਣ ਉਹ ਸਹਿਮ ਗਏ ਨੇ ਮੂਸੇਵਲੇ ਦੇ ਕਤਲ ਤੋਂ 2 ਦਿਨ ਬਾਅਦ ਤੱਕ ਸ਼ਾਇਦ ਹੀ ਕੋਈ ਅਜਿਹੀ ਅੱਖ ਹੋਵੇ ਜਿਸ ਦਾ ਦਿਲ ਨਾ ਰੋਇਆ ਹੋਵੇ ਜਿਹਦੇ ਵਿੱਚੋਂ ਹੰਝੂ ਨਾ ਸੁੱਕੇ ਹੁਣ ਅਸੀਂ ਕਿਸੇ ਵੀ ਜ਼ਿਲ੍ਹੇ ਦੇ ਵਿੱਚ ਇਸ ਵਕਤ ਭਾਵੇਂ ਹਾਂ ਤੁਸੀਂ ਕਿਤੇ ਵੀ ਦੇਖ ਲਓ ਇੱਕ ਖਾਮੋਸ਼ੀ ਹੈ ਇੱਕ ਸੁੰਨ ਹੈ ਆਲੇ-ਦੁਆਲੇ ਦੇ ਵਿੱਚ ਵੀ ਇੱਕ ਅਜੀਬ ਜਿਹਾ ਮਾਹੌਲ ਬਣਿਆ ਹੋਇਆ ਹੈ ਕਿਉਂਕਿ ਇੱਕ ਵੱਡਾ ਕਤਲ ਹੋਇਆ ਹੈ ਮੂਸੇਪਿੰਡ ਦੇ ਵਿੱਚ ਤਾਂ ਕਈਆਂ ਦੇ ਘਰੇ ਚੁੱਲ੍ਹਾ ਹੀ ਨਹੀਂ ਬਲਿਆ ਕੱਲੇ ਮੂਸੇਪਿੰਡ ਵਿੱਚ ਹੀ ਨਹੀਂ ਪੰਜਾਬ ਦੀਆਂ ਹੋਰ ਬਹੁਤ ਥਾਵਾਂ ਤੇ ਬਲਕਿ ਵਿਦੇਸ਼ਾਂ ਦੇ ਵਿੱਚ ਰਹਿੰਦੇ ਜਿਹੜੇ ਮੈਂ ਆਪਣੀ ਨਿੱਜੀ ਗੱਲ ਕਰਾਂ ਮੇਰੇ ਦੋਸਤ ਮਿੱਤਰ ਜਾਂ ਫਿਰ ਪਰਿਵਾਰਕ ਮੈਂਬਰ ਉਹਨਾਂ ਦੇ ਨਾਲ ਵੀ ਗੱਲ ਕਰਦੇ ਹਾਂ ਤਾਂ ਸਾਰੇ ਇਸ ਵਕਤ ਸ਼ੌਕ ਦੇ ਵਿੱਚ ਨੇ ਸਾਰੇ ਸਵਰ ਕਹਿ ਰਹੇ ਨੇ ਕਿ ਕਿਵੇਂ ਜਾਈਏ ਉਸ ਪੰਜਾਬ ਦੇ ਵਿੱਚ ਜਿੱਥੇ ਇਹੋ ਜਿਹਾ ਕੁਝ ਹੋ ਰਿਹਾ ਹੈ ਇਹ ਸਾਰਾ ਕੁਝ ਇੱਕ ਜੈਲਸ ਦੇ ਵਿੱਚ ਹੋਇਆ ਕਿਉਂਕਿ ਹਰ ਕੋਈ ਆਪਣੇ ਆਪਣੇ ਤਰੀਕੇ ਦੇ ਨਾਲ ਇਸ ਦੇ ਮਤਲਬ ਕੱਢ ਰਿਹਾ ਹੈ ਕਿਉਂਕਿ ਸਿੱਧੂ ਮੂਸੇਵਾਲੇ ਦਾ ਕਿਸੇ ਗੈਂਗ ਦੇ ਨਾਲ ਕੋਈ ਸੰਬੰਧ ਨਹੀਂ ਸੀ ਉਹ ਗੈਂਗਸਟਰ ਦੇ ਨਾਲ ਸੰਬੰਧ ਨਹੀਂ ਰੱਖਦਾ ਸੀ ਪਰ ਉਹਦੇ ਪਿਤਾ ਨੇ ਵੀ ਦੱਸਿਆ ਕਿ ਉਹਨੂੰ ਲਾਰੈਂਸ ਬਿਸ਼ਨੋਈ ਗਰੁੱਪ ਦੇ ਵੱਲੋਂ ਕਈ ਵਾਰੀ ਫਿਰੋਤੀ ਨੂੰ ਲੈ ਕੇ ਧਮਕੀਆਂ ਮਿਲੀਆਂ ਸੀ ਜਾਨੋਂ ਮਾਰਨ ਦੀਆਂ ਵੀ ਧਮਕੀਆਂ ਮਿਲੀਆਂ ਸੀ ਯਾਨੀ ਕਿ ਜੇ ਕਿਸੇ ਬੰਦੇ ਕੋਲੇ ਪੈਸਾ ਹੈ ਤਾਂ ਉਹ ਸੇਫ ਨਹੀਂ ਹੈ ਉਸ ਤੋਂ ਗੈਂਗਸਟਰ ਪੈਸਾ ਮੰਗਣਗੇ ਤੇ ਲੋਕ ਕਹਿ ਰਹੇ ਨੇ ਕਿ ਜੇ ਜੇ ਮਤਲਬ ਸਾਡੇ ਬਾਰੇ ਵੀ ਆਸ-ਪਾਸ ਦੇ ਲੋਕਾਂ ਨੂੰ ਪਤਾ ਹੈ ਜਾਂ ਕਿਸੇ ਹੋਰ ਨੂੰ ਪਤਾ ਹੈ ਤੇ ਅਸੀਂ ਬਾਹਰ ਆਉਣੇ ਆ ਸਾਡੇ ਬੱਚੇ ਮਾਫ ਕਰਨਾ ਜੇ ਅਸੀਂ ਪੰਜਾਬ ਆਉਣੇ ਆ ਜਾਂ ਸਾਡੇ ਬੱਚੇ ਪੰਜਾਬ ਆਉਂਦੇ ਨਹੀਂ ਤਾਂ ਉਹਨਾਂ ਦੇ ਕੀ ਹਾਲਾਤ ਹੋਣਗੇ ਇਸ ਘਟਨਾ ਨੇ ਸਭ ਨੂੰ ਹਿਲਾ ਕੇ ਰੱਖ ਦਿੱਤਾ ਹੈ ਹਾਲਾਂਕਿ ਇਹੋ ਜੇ ਕੋਈ ਹਾਲਾਤ ਨਹੀਂ ਕਿ ਪੰਜਾਬ ਦੇ ਵਿੱਚ ਤੁਸੀਂ ਬਾਜ਼ਾਰਾਂ 'ਚ ਨਹੀਂ ਜਾ ਸਕਦੇ ਤੇ ਥਾਂ-ਥਾਂ ਤੇ ਬੰਦੂਕਾਂ ਵਾਲੇ ਬੰਦੇ ਹੀ ਤੁਹਾਨੂੰ ਦੱਸਣਗੇ ਇਹੋ ਜੇ ਕੋਈ ਹਾਲਾਤ ਨਹੀਂ ਪਰ ਇਸ ਘਟਨਾ ਨੇ ਸਭ ਨੂੰ ਚਿੰਤਾ ਦੇ ਵਿੱਚ ਜ਼ਰੂਰ ਪਾਇਆ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਸਾਰਿਆਂ ਨੂੰ ਭਰੋਸੇ ਵਿੱਚ ਲੈਣਾ ਚਾਹੀਦਾ ਸੀ ਇਹ ਮੌਕਾ ਸੀ ਸਭ ਨੂੰ ਭਰੋਸੇ ਵਿੱਚ ਲੈਣ ਦਾ ਪਰ ਉਹਨਾਂ ਨੂੰ ਕੋਈ ਹੁਕਮ ਹੋਏ ਨੇ ਉੱਤੋਂ ਥੱਲਿਓ ਜਾਂ ਫਿਰ ਕੀ ਹੋਇਆ ਹੈ ਕਿ ਉਹ ਬੋਲ ਨਹੀਂ ਰਹੇ ਕਿਉਂਕਿ ਇਹੋ ਜੇ ਮੌਕੇ ਤੇ ਵੀ ਮੁੱਖ ਮੰਤਰੀ ਭਗਵੰਤ ਮਾਨ ਇਸ ਤਰ੍ਹਾਂ ਚੁੱਪ ਰਹਿਣ ਵਾਲੇ ਤਾਂ ਹੈ ਨਹੀਂ ਜਿਹੋ ਜੀ ਉਹਨਾਂ ਦੀ ਪਸੰਦ ਕੈਲਿਟੀ ਹੈ ਉਹਨਾਂ ਦੀ ਇਮਾਨਦਾਰੀ ਤੇ ਕੋਈ ਸ਼ੱਕ ਨਹੀਂ ਕਰ ਸਕਦਾ ਪਰ ਜੋ ਕੁਝ ਹੋ ਰਿਹਾ ਹੈ ਕਿਉਂ ਹੋ ਰਿਹਾ ਹੈ ਇਸ ਨੂੰ ਵੀ ਦੇਖ ਕੇ ਸਾਰੇ ਲੋਕ ਹਰਾਨ ਨੇ ਇਸੇ ਕਰਕੇ ਭਗਵੰਤ ਸਿੰਘ ਮਾਨ ਤੋਂ ਖੁਦ ਖਾਸੇ ਨਾਰਾਜ਼ ਨੇ ਜਦੋਂ ਇਹ ਪਤਾ ਹੋਵੇ ਕਿ ਸਿਆਸਤ ਵਿੱਚ ਪੈਰ ਧਰਨ ਤੋਂ ਪਹਿਲਾਂ ਭਗਵੰਤ ਸਿੰਘ ਮਾਨ ਖੁਦ ਵੀ ਕਲਾਕਾਰ ਪਾਈਚਾਰੇ ਵਿੱਚੋਂ ਸਨ ਸਿੱਧੂ ਮੂਸੇਵਾਲੇ ਦੇ ਨਾਲ ਉਹਨਾਂ ਦੀ ਨਿੱਜੀ ਨੇੜਤਾ ਵੀ ਰਹੀ ਹੈ ਮੁੱਖ ਮੰਤਰੀ ਵਜੋਂ ਨਾਲ ਸਹੀ ਕਲਾਕਾਰ ਪਾਈਚਾਰੇ ਵਿੱਚੋਂ ਹੋਣ ਕਰਕੇ ਤਾਂ ਉਹਦਾ ਮੂੰਹ ਦੇਖੇ ਬਿਨਾ ਮੁੱਖ ਮੰਤਰੀ ਸਾਹਿਬ ਨੂੰ ਰੁਕਣਾ ਨਹੀਂ ਚਾਹੀਦਾ ਤੇ ਗੱਲ ਇੱਥੇ ਸਿਰਫ ਮੁੱਖ ਮੰਤਰੀ ਜੀ ਦੀ ਨਹੀਂ ਹੈ ਹਿਰਕਾ ਤਾਂ ਪੂਰੀ ਸਰਕਾਰ ਤੇ ਲੋਕਾਂ ਨੂੰ ਚੜਿਆ ਹੋਇਆ ਹੈ ਉਹ ਲੋਕ ਜਿਹੜੇ ਸਿੱਧੂ ਮੂਸੇਵਾਲੇ ਦੇ ਫੈਨ ਨੇ ਜਿਹੜੇ ਚਾਹੁੰਦੇ ਨੇ ਇਨਸਾਫ ਮਿਲੇ ਤੇ ਦੀ ਸਰਕਾਰ ਇਨਸਾਫ ਕਰ ਦੇਊਗੀ ਤਾਂ ਇਹਨਾਂ ਲੋਕਾਂ ਦਾ ਗੁੱਸਾ ਸ਼ਾਂਤ ਹੋਊਗਾ ਨਹੀਂ ਤਾਂ ਪੰਜਾਬ ਸਰਕਾਰ ਮੁਰਦਾਬਾਦ ਭਗਵੰਤ ਸਿੰਘ ਮਾਨ ਮੁਰਦਾਬਾਦ ਦੇ ਨਾਰੇ ਨਹੀਂ ਜੜੇ ਉਹ ਅਸੀਂ ਤਾਂ ਪਹਿਲੀ ਵਾਰੀ ਸੁਣੇ ਨੇ ਲੋਕਾਂ ਨੂੰ ਇੰਜ ਲੱਗਣ ਲੱਗਿਆ ਜਿਵੇਂ ਦਿੱਲੀ ਵਾਲਿਆਂ ਨੇ ਮੁੱਖ ਮੰਤਰੀ ਸਮੇਤ ਸਾਰਿਆਂ ਦੇ ਬੁੱਲ ਸਿਉਂ ਕੇ ਰੱਖ ਦਿੱਤੇ ਹੁਣ ਚਰਚਾ ਹੈ ਕਿ ਪੰਜਾਬ ਦਾ ਯੂਥ ਆਈਕਨ ਦਿਨ ਦਿਹਾੜੇ ਗੋਲੀਆਂ ਦੇ ਨਾਲ ਭੁੰਨਿਆ ਗਿਆ ਉਹਦੇ ਵਾਸਤੇ ਦੁੱਖ ਸਾਂਝਾ ਕਰਨ ਜਾਂ ਲੋਕਾਂ ਨੂੰ ਤਰਵਾਸ ਦੇਣ ਲਈ ਵੀ ਕਿ ਦਿੱਲੀ ਨੂੰ ਇਜਾਜ਼ਤ ਲੈਣ ਦੀ ਲੋੜ ਹੋਊਗੀ ਤੇ ਜੇ ਦਿੱਲੀ ਨੂੰ ਇਜਾਜ਼ਤ ਨਹੀਂ ਮਿਲੀ ਤਾਂ ਉਹਦੇ ਪਿੱਛੇ ਕਾਰਨ ਕੀ ਹੋ ਸਕਦੇ ਨੇ ਸਿਆਸੀ ਪੰਡਤ ਸਾਰੇ ਵਿਲਾਰ ਹੇਨੇ ਪਰ ਅਸੀਂ ਇੱਥੇ ਨਹੀਂ ਕਹਿ ਸਕਦੇ ਦੂਜੇ ਪਾਸੇ ਪੰਜਾਬ ਪੁਲਿਸ ਤੇ ਵੀ ਗੁੱਸਾ ਹੈ ਪੰਜਾਬ ਪੁਲਿਸ ਦੇ ਮੁਖੀ ਯਾਨੀ ਕਿ ਪੰਜਾਬ ਦੇ ਡੀਜੀਪੀ ਨੇ ਜਦੋਂ ਉਸੇ ਰਾਤ ਨੂੰ ਪ੍ਰੈਸ ਕਾਨਫਰੰਸ ਕੀਤੀ ਉਹਨਾਂ ਨੇ ਇਸ ਘਟਨਾ ਨੂੰ ਗੈਂਗਵਾਰ ਦਾ ਨਾਮ ਦੇ ਦਿੱਤਾ ਇਸੇ ਕਰਕੇ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਨੇ ਮੁੱਖ ਮੰਤਰੀ ਕੋਲੇ ਹਿਰਕਾ ਜਤਾਇਆ ਸੀ ਰੋਸ ਜਤਾਇਆ ਸੀ ਕਿ ਡੀਜੀਪੀ ਨੂੰ ਜਨਤਕ ਤੌਰ ਤੇ ਮਾਫੀ ਮੰਗਣੀ ਚਾਹੀਦੀ ਹੈ ਮੇਰੇ ਪੁੱਤ ਨੂੰ ਉਹਨਾਂ ਨੇ ਗੈਂਗਵਾਰ ਦੇ ਨਾਲ ਜੋੜ ਦਿੱਤਾ ਉਸਦੇ ਕਤਲ ਨੂੰ ਗੈਂਗਵਾਰ ਦੇ ਨਾਲ ਜੋੜ ਦਿੱਤਾ ਤੇ ਉਸ ਤੋਂ ਵੀ ਵੱਧ ਹੈਰਾਨੀ ਦੀ ਗੱਲ ਇਹ ਦੇਖੀ ਡੀਜੀਪੀ ਦੀ ਪ੍ਰੈਸ ਕਾਨਫਰੰਸ ਜੇ ਤੁਸੀਂ ਸੁਣੀ ਹੋਵੇ ਤਾਂ ਪ੍ਰੈਸ ਕਾਨਫਰੰਸ ਦੇ ਵਿੱਚ ਡੀਜੀਪੀ ਵੀ ਕੇ ਭੰਮਰਾ ਇੱਕ ਭਰੀ ਹੋਈ ਕੈਸਟ ਦੇ ਵਾਂਗੂ ਬੋਲ ਕੇ ਚਲੇ ਜਾਂਦੇ ਨੇ ਪੱਤਰਕਾਰ ਸਵਾਲ ਪੁੱਛਦੇ ਨੇ ਉਹਨਾਂ ਨੂੰ ਕੋਈ ਲੈਣਾ ਦੇਣਾ ਨਹੀਂ ਸਵਾਲਾਂ ਦੇ ਨਾਲ ਸਵਾਲਾਂ ਦਾ ਜਵਾਬ ਦਿੱਤੇ ਬਿਨਾ 5-7 ਮਿੰਟ ਦੀ ਪ੍ਰੈਸ ਕਾਨਫਰੰਸ ਕਰਕੇ ਆਉ ਗਏ ਤੇ ਆ ਗਏ ਜਦ ਕੇ ਲੋਕਾਂ ਦੇ ਸਵਾਲਾਂ ਦਾ ਜਵਾਬ ਦੇਣਾ ਪੁਲਿਸ ਮੁਖੀ ਦੀ ਡਿਊਟੀ ਸੀ ਸੰਵਾਦ ਨਾਲ ਕਈ ਮਸਲੇ ਹੱਲ ਵੀ ਹੋ ਜਾਂਦੇ ਨੇ ਪਰ ਸਵਾਲਾਂ ਤੋਂ ਕਿਉਂ ਭੱਜੇ ਇਹ ਤਾਂ ਹੁਣ ਉਹੀ ਜਾਣਦੇ ਨੇ ਸੱਚ ਕਹੀਏ ਤਾਂ ਸਿੱਧੂ ਮੂਸੇਵਾਲੇ ਦੇ ਕਤਲ ਤੋਂ ਬਾਅਦ ਲੋਕਾਂ ਦੇ ਦਿਲ ਉੱਤੇ ਚੜੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਥੋੜੇ ਥੋੜੇ ਉਤਰਨ ਲੱਗੇ ਨੇ ਉਹਨਾਂ ਦਾ ਜਲੌਅ ਫਿੱਕਾ ਪਿਆ ਹੈ ਇਸੇ ਕਰਕੇ ਸ਼ਾਇਦ ਸ਼ਾਂਤੀ ਵੀ ਪਸਰੀ ਹੋਈ ਹੈ ਪੰਜਾਬ ਸਰਕਾਰ ਵੱਲੋਂ ਵੀਆਈਪੀ ਸਿਕਿਉਰਿਟੀ ਤੇ ਕਟੌਲਣ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਵੀ ਗੰਭੀਰਤਾ ਦੇ ਨਾਲ ਲਿਆ ਹੈ ਹਾਈ ਕੋਰਟ ਨੇ ਸਰਕਾਰ ਦੀ ਖਿਚਾਈ ਕਰਦਿਆਂ ਪੁੱਛਿਆ ਕਿ ਫੈਸਲਾ ਲੈਣ ਤੋਂ ਪਹਿਲਾਂ ਸਬੰਧਿਤ ਧਿਰਾਂ ਦੀਆਂ ਮੀਟਿੰਗਾਂ ਸਦਕੇ ਟੁਕਮਾ ਵਿਚਾਰ ਵਟਾਂਦਰਾ ਕੀਤਾ ਨਹੀਂ ਗਿਆ ਜਿਹੜੇ ਵੀਆਈਪੀਜ਼ ਦੀ ਸਿਕਿਉਰਿਟੀ ਤੇ ਕਟ ਲਾਇਆ ਗਿਆ ਉਸ ਉਹ ਲਿਸਟ ਮੀਡੀਆ ਨੂੰ ਕਿਹਨੇ ਦਿੱਤੀ ਇਸ ਦਾ ਜਵਾਬ ਵੀ ਪੰਜਾਬ ਸਰਕਾਰ ਨੂੰ ਹੁਣ ਜੂਨ ਦੇ ਵਿੱਚ ਦੇਣਾ ਹੀ ਪੈਣਾ ਹੈ 3 ਜੂਨ ਨੂੰ ਜਵਾਬ ਤਲਬੀ ਕੀਤੀ ਹੈ ਇੱਕ ਪਾਸੇ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਦੀ ਜਾਨ ਨੂੰ ਖਤਰਾ ਦੱਸ ਕੇ ਸੁਰੱਖਿਆ ਵਧਾਉਣ ਲਈ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਚਿੱਠੀਆਂ ਲਿਖ ਰਹੀ ਹੈ ਕਿ ਅਸੀਂ ਕੇਜਰੀਵਾਲ ਜੀ ਦੀ ਸੁਰੱਖਿਆ ਲਈ ਅਸੀਂ ਪੰਜਾਬ ਦੇ ਕਮਾਂਡੋ ਭੇਜਣੇ ਭੇਜਣੇ ਨੇ ਜਦਕਿ ਦਿੱਲੀ ਪੁਲਿਸ ਕਹਿ ਰਹੀ ਹੈ ਅਸੀਂ ਆਪਣੇ ਮੁੱਖ ਮੰਤਰੀ ਦੀ ਸੇਵਾ ਸੁਰੱਖਿਆ ਕਰ ਸਕਦੇ ਹਾਂ ਤੁਸੀਂ ਰਹਿਣ ਦਿਓ ਦੂਜੇ ਪਾਸੇ ਆਪਣੇ ਸੂਬੇ ਦੇ ਵਿੱਚ ਬਿਨਾਂ ਸੋਚੇ ਸਮਝੇ ਸੁਰੱਖਿਆ ਤੇ ਕਟ ਲਾਇਆ ਜਾ ਰਿਹਾ ਪਹਿਲਾਂ ਲਾਅ ਐਂਡ ਆਰਡਰ ਠੀਕ ਕਰਨਾ ਚਾਹੀਦਾ ਫਿਰ ਕਟ ਲਾਇਆ ਜਾਣਾ ਚਾਹੀਦਾ